ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਅਸ਼ੋਕ ਵਿਹਾਰ ਕਲੋਨੀ ਦੇ ਵਾਸੀ ਘਰ ਦੀਆਂ ਦੀਵਾਰਾਂ ਵਿੱਚ ਕਰੰਟ ਆ ਜਾਣ ਦੀ ਸਮੱਸਿਆਵਾਂ ਤੋਂ ਪਰੇਸ਼ਾਨ ਹਨ, ਜਿਸ ਦੇ ਰੋਸ ਵਜੋਂ ਕਲੋਨੀ ਵਾਸੀਆਂ ਨੇ ਬਿਜਲੀ ਵਿਭਾਗ ਦੇ ਖਿਲਾਫ ਭੜਾਸ ਕਰਦਿਆਂ ਤਾਜਪੁਰ ਰੋਡ ਜਾਮ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਡ ਜਾਮ ਹੋਣ ਨਾਲ ਵਾਹਨ ਚਾਲਕਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਪਰੇਸ਼ਾਨ ਹੋਣਾ ਪਿਆ। ਬਿਜਲੀ ਵਿਭਾਗ ਤੇ ਆਰੋਪ ਲਗਾਉਂਦਿਆਂ ਹੋਏ ਇਲਾਕਾ ਵਾਸੀਆਂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਵਾਸਤੇ ਦਿੱਤੇ ਗਏ ਨੰਬਰ ਤੇ ਫੋਨ ਕਰਨ ਤੇ ਕਦੇ ਚੁੱਕਿਆ ਹੀ ਨਹੀਂ ਜਾਂਦਾ, ਅਗਰ ਕੋਈ ਚੁੱਕ ਲਵੇ ਤਾਂ ਬਾਰਿਸ਼ ਦਾ ਬਹਾਨਾ ਲਗਾ ਕੇ ਕੋਈ ਕਾਰਵਾਈ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸ਼ਾਇਦ ਪ੍ਰਸ਼ਾਸਨ ਇਸੇ ਉਡੀਕ ਵਿੱਚ ਬੈਠਾ ਕਿ ਕੋਈ ਵੱਡਾ ਹਾਦਸਾ ਹੋਵੇ ਤਾਂ ਕਾਰਵਾਈ ਕੀਤੀ ਜਾਵੇ। ਜੀ ਕੀ ਮਾਮਲਾ ਜੀ ਜਿਹੜਾ ਜੀ ਤੁਸੀਂ? ਸਰ ਕੱਲ੍ਹ ਰਾਤ ਦੀ ਲਾਈਟ ਸਾਡੀ ਗਈ ਜੀ, ਤਿੰਨ ਦਿਨ ਪਹਿਲੇ ਲਾਈਟ ਨਹੀਂ ਆਈ ਜੀ, ਅਤੇ ਰਾਤ ਮਾੜੀ ਮੋਟੀ ਗਈ ਅਤੇ ਸਾਡੇ ਟ੍ਰਾਂਸਫਾਰਮ ਤੋਂ ਕਰੰਟ ਆਇਆ ਜੀ, ਅਤੇ ਰਾਤ ਸਾਂਡ ਅੜਿਆ, ਅਸੀਂ ਮਸਾਂ ਭਜਾਇਆ ਜੀ, ਡਾਂਗਾ ਮਾਰ ਘਟਾਇਆ ਉਹਨੂੰ ਮਸਾਂ, ਅਤੇ ਸਵੇਰੇ ਕੁੱਤਾ ਕਰੰਟ ਨਾ ਮਾਰਿਆ ਜੀ, ਹੁਣ ਪਾਣੀ 'ਚ ਪੈਰ ਰੱਖਦਾ ਕਰੰਟ, ਅਸੀਂ ਗਲੀ ਬੰਦ ਕੀਤੀ, ਸਵੇਰ ਤੇ ਫੋਨ ਕਰਦੇ ਪਿਆ ਪੰਨੂ ਬਿਜਲੀ ਮਹਿਕਮੇ ਨੂੰ, ਸਵੇਰੇ ਆਏ ਸੀ ਜੀ ਘੰਟੇ ਤੋਂ ਘੰਟੇ ਬਾਅਦ, ਮਾੜੀ ਜੀ ਤਾਰ ਛਿੜ ਕੇ ਚਲੇ ਗਏ, ਮੁੜ ਕੇ ਕਰੰਟ ਫਿਰ ਆ ਗਿਆ ਸਰ, ਅਤੇ ਹੁਣ ਉੱਥੇ ਬੱਚੇ ਸਕੂਲ ਦੇ ਲੰਘਦੇ ਪਏ, ਸਾਰਾ ਸਵੇਰ ਦੀ ਡਿਊਟੀ ਦੇ ਜਾਂਦੇ ਆ, ਫੋਨ ਦਾ 100 ਨੰਬਰ 'ਤੇ ਫੋਨ ਕੀਤਾ, ਸਾਡਾ ਫੋਨ ਕੱਟੀ ਜਾਂਦੇ ਨੇ, ਇੱਧਰ ਰਹਿ ਨਹੀਂ, ਬਿਜਲੀ ਦੇ ਮਹਿਕਮੇ ਸਾਨੂੰ ਅੱਧਾ ਘੰਟਾ ਅੱਧਾ ਘੰਟਾ ਕਰੀ ਜਾਂਦੇ, ਹਲੇ ਤੱਕ ਨਹੀਂ ਪਹੁੰਚੇ ਸਾਡੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਅਸੀਂ ਇਹੀ ਕਹਿੰਦੇ ਸਾਡਾ ਟ੍ਰਾਂਸਫਾਰਮ ਜਿਹੜਾ ਹੈਗਾ ਬਦਲਣ ਜਾਂ ਕੋਈ ਹੱਲ ਹੈ ਤਾਂ ਪੂਰਾ ਕਰਨ, ਕਰੰਟ ਨਹੀਂ ਪਾਰ ਪਸੰਦ ਚਾਹੀਦਾ ਇੱਥੇ, ਜਵਾਕ ਵੀ ਲੰਘਦੇ, ਗਲੀ ਹੈ, ਗਲੀ ਛੋਟੀ ਹੈ, ਵੱਡੀ ਗੱਡੀਆਂ ਵੀ ਲੰਘਦੀਆਂ, ਤੁਹਾਨੂੰ ਗੱਡੀ ਨਾ ਲੱਗੇ ਕਿ ਜਵਾਕ ਸਾਨੂੰ ਕਰੰਟ ਲੱਗ ਗਿਆ ਤੇਜ਼, ਉਹਦੇ 'ਚ ਮੋਰ ਕੌਣ ਹੈ? ਹਾਂਜੀ ਮਾਤਾ ਜੀ, ਕੀ ਇਹ ਮਾਮਲਾ ਕੀ ਇਹ ਮਾਮਲੇ ਜੀ? ਦੇਖੋ 36-36 ਘੰਟੇ ਲਾਈਟ ਨਹੀਂ ਦਿੰਦੇ ਸਾਨੂੰ, ਜੇ ਦਿੰਦੇ ਆ ਤਾਂ ਸਾਡੇ ਟ੍ਰਾਂਸਫਾਰਮ 'ਚ ਲਾਗੇ ਲਾਏ ਦਾ ਖਤਰਾ ਸਭ ਨੂੰ, ਕੱਲ ਪਰਸੋਂ ਵੀ 61 ਬੱਚੇ ਆਏ ਆ, ਅੱਜ ਕੁੱਤੇ ਨੇ ਪਤਾ ਨਹੀਂ ਕਿਹਦੀ ਮੌਤ ਲਿੱਤੀ, ਕੱਲ ਨੂੰ ਕਿਸੇ ਦੇ ਬੱਚਾ ਕਿਸੇ ਦੇ ਆਦਮੀ ਨੂੰ ਕੁਛ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ? ਪਾਣੀ ਤੋਂ ਅਸੀਂ ਪਰੇਸ਼ਾਨ ਆ, ਬੱਚਿਆਂ ਦੇ ਪੇਪਰ ਚਲਦੇ ਪਏ, ਲਾਈਟ ਇਹ ਦਿੰਦੇ ਨੀ 36-36 ਘੰਟੇ, ਕੀ ਪ੍ਰੋਬਲਮ ਹੈ? ਇਹਨਾਂ ਨੂੰ ਪਹਿਲੇ ਤਾਂ ਪੁੱਛੋ ਜਾ ਕੇ, ਬਿਜਲੀ ਦਾ ਬਿੱਲ ਦੇਣ ਲੱਗੇ, ਅੱਗੇ ਪਿੱਛੇ ਨੀ ਦੇਖਦੇ, ਇਹਨਾਂ ਨੇ ਬਿੱਲ ਵੀ ਦਿੰਦੇ ਆ, ਇਹ ਲਾਈਟ ਪਿੱਛੇ ਲਾਇਆ, ਕਰੰਟ ਆ ਰਿਹਾ, ਆਂਢ ਗੁਆਂਢ ਸਭ ਨੂੰ ਪਰੇਸ਼ਾਨੀ ਹੈ, ਕਿਸੇ ਨੂੰ ਵੀ ਕਰੰਟ ਪੈ ਸਕਦਾ ਹੈ, ਬਿੱਲ ਲੈਣ ਲੱਗੇ ਅੱਗੇ ਪਿੱਛੇ ਆ ਜਾਂਦੇ ਆ, ਆਉਂਦੇ ਨੀ, ਜਿੰਨੇ ਮਰਜ਼ੀ ਇਹਨਾਂ ਨੂੰ ਫੋਨ ਕਰ ਦੋ ਬਿਲਕੁਲ ਨੀ ਆਉਂਦੇ ਹੈਗੇ, ਸਾਡੀ ਪਰੇਸ਼ਾਨੀ ਬਿਲਕੁਲ ਨੀ, ਇਹ ਲੋਕ ਸਮਝਦੇ ਹੈਗੇ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਹੁਣ ਅਸੀਂ ਇਹ ਕਰਦੇ ਆ ਵੀ ਆ ਕੇ ਉਹਨੂੰ ਠੀਕ ਕਰਨ, ਟ੍ਰਾਂਸਫਾਰਮ ਠੀਕ ਕਰਨ, ਆ ਕੇ ਚੈੱਕ ਕਰਨ, ਜਦੋਂ ਅਸੀਂ ਫੋਨ ਕਰੀਏ ਇਹਨਾਂ ਨੂੰ ਆਉਣਾ ਚਾਹੀਦਾ ਇੱਥੇ, ਫਿਰ ਬਾਰ ਬਾਰ ਧਰਨਾ ਲਾਵਾਂਗੇ, ਫਿਰ ਬਾਰ ਬਾਰ ਇਹਨਾਂ ਦਾ ਜਲੂਸ ਕੱਢਾਂਗੇ। ਦੇਖੋ